ਬਾਬਾ ਸਾਹਿਬ ਜੀ ਦੇ ਸਲਾਮ, ਡਾਕਟਰ ਭੀਮ ਰਾਓ ਅੰਬੇਡਕਰ ਜੀ, ਭਾਰਤ ਰਤਨ, ਨਾਰੀ ਰਕਸ਼ਕ, ਦਲਿਤਾਂ ਦੇ ਮਸੀਹਾ, ਉਹਨਾਂ ਦੇ ਜਨਮ ਦਿਵਸ ਦੇ ਉਪਲਕਸ਼ ਵਿੱਚ ਅੱਜ ਇਹ ਪ੍ਰੋਗਰਾਮ ਸਮਾਗਮ ਕੀਤਾ ਗਿਆ, ਜਿੱਥੇ ਭਾਰਤੀ ਵਾਲਮੀਕ ਸੇਵਾ ਦਲ ਵੱਲੋਂ ਬਾਬਾ ਸਾਹਿਬ ਜੀ ਦੇ ਸਲਾਮ ਸਮਾਗਮ ਕੀਤਾ ਗਿਆ। ਉੱਥੇ ਅਲੱਗ ਅਲੱਗ ਮਹੱਲਿਆਂ 'ਚੋਂ ਸਾਰੀ ਸੰਗਤ ਨੇ ਹਿੱਸਾ ਲਿੱਤਾ ਅਤੇ ਅਸੀਂ ਇਹੀ ਕਹਾਂਗੇ, ਬਾਬਾ ਸਾਹਿਬ ਨੇ ਕਿਹਾ ਪੜ੍ਹੋ ਲਿਖੋ ਜੁੜੋ ਸੰਘਰਸ਼ ਕਰੋ, ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ ਚਾਹੀਦਾ। ਇਹਦੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਆਤਮਨਗਰ ਦੇ MLA ਸਰਦਾਰ ਕੁਲਵੰਤ ਸਿੰਘ ਸਿੱਧੂ ਜੀ, ਚੇਅਰਮੈਨ ਮੱਕੜ ਸਾਹਿਬ, ਚੰਡੀਗੜ੍ਹ ਦੇ ਮੇਅਰ ਸਾਡੇ ਕੁਲਦੀਪ ਜਲੋੜ ਜੀ, ਵਾਲਮੀਕ ਸਮਾਜ ਦੇ ਸਨ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਉਹਨਾਂ ਦਾ ਵੀ ਆਏ 'ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਅਤੇ ਮੈਂ ਤਾਂ ਇਹੀ ਕਹਾਂਗਾ, ਬਾਬਾ ਸਾਹਿਬ ਦੇ ਸੰਵਿਧਾਨ ਬਚਾਉਣ ਵਾਸਤੇ ਸਾਨੂੰ ਇੱਕ ਹੋਣਾ ਪੈਣਾ ਅਤੇ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ ਪੈਣਾ। ਬਾਬਾ ਰਾਓ ਭੀਮ ਰਾਓ ਅੰਬੇਦਕਰ ਜੀ ਨੇ ਜੋ ਸੰਵਿਧਾਨ ਸਾਨੂੰ ਦਿੱਤਾ, ਲਿਖ ਕੇ ਦਿੱਤਾ, ਉਸ ਦੀ ਹੋਂਦ ਨੂੰ ਅੱਜ ਖਤਰਾ, ਉਸ ਖਤਰੇ ਨੂੰ ਟਾਲਣ ਲਈ ਵੱਧ ਤੋਂ ਵੱਧ ਤੁਸੀਂ ਆਮ ਆਦਮੀ ਪਾਰਟੀ ਦਾ, ਇੰਡੀਆ ਗਠਜੋੜ ਦਾ ਸਾਥ ਦਿਓ, ਤਾਂ ਕਿ ਸੰਵਿਧਾਨ ਨੂੰ ਬਦਲਣ ਵਾਲੀਆਂ ਜੋ ਉਹਨਾਂ ਦਾ ਕਰਾਰਾ ਜਵਾਬ ਦੇ ਸਕੇ।